ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਦਾ ਟਾਈਮ ਹੈ ਜੀ, ਅਸੀਂ ਲੀਡਸ ਆਏ ਹੋਏ ਹਾਂ ਅਤੇ ਬ੍ਰੇਕਫਾਸਟ ਦਾ ਟਾਈਮ ਹੋ ਗਿਆ, ਦਿਨ ਦੀ ਸ਼ੁਰੂਆਤ ਹੈ ਅਤੇ ਸਾਡੇ ਭੂਆ ਜੀ ਹੋਣਾਂ ਨੇ ਨਾ ਸਾਡੇ ਲਈ ਪਰੌਂਠੇ ਬਣਾਏ ਹੋਏ ਨੇ। ਆਹ ਦੇਖਣ ਨੂੰ ਇੰਨੇ ਸਵਾਦ ਲੱਗਦੇ ਵੀ ਅਤੇ ਖਾਣ ਨੂੰ ਕਿੰਨੇ ਸਵਾਦ ਹੋਣਗੇ, ਤੁਸੀਂ ਆਈਡੀਆ ਲਾ ਲਓ। ਅਤੇ ਅਮਨਜੋਤ ਜੀ ਜੀ ਮਹਾਰਾਜ ਜੀ, ਹੱਥ ਦਾ ਕੀ ਹਾਲ ਹੈ? ਹੱਥ ਠੀਕ, ਥੋੜ੍ਹਾ ਫਰਕ ਆ। ਅੱਛਾ, ਦਿਖਾ ਦਿਓ ਇੱਕ ਵਾਰੀ। ਇਹ ਜੀ ਇੰਡੀਆ ਤੋਂ ਆਉਣ ਵੇਲੇ ਥੋੜ੍ਹੀ ਜਿਹੀ ਸੱਟ ਲੱਗ ਗਈ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਸੋ ਹੁਣ ਰਿਕਵਰੀ ਵਿੱਚ ਨੇ, ਪਰ ਤਬਲਾ ਵਜਾ ਲੈਂਦੇ ਨੇ ਅਤੇ ਗੁਰੂ ਦੀ ਕਿਰਪਾ ਨਾਲ ਅਤੇ ਚੜ੍ਹਦੀ ਕਲਾ। ਅਤੇ ਆ ਜੀ ਸਿਮਰਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਂਦ ਆਈ ਪੂਰੀ? ਦੇਖੋ ਲੱਗ ਰਿਹਾ ਨੀਂਦ ਆਈ, ਰੋਟੀ ਖਾਣ ਵੇਲੇ ਵੀ ਨੀਂਦ ਆ ਰਹੀ ਹੈ। ਨੀਂਦ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਪਰ ਨਿਕਲ ਨਹੀਂ ਹੋ ਰਿਹਾ। ਪਰੌਂਠੇ ਖਾ ਕੇ ਫਿਰ ਨੀਂਦ ਆ ਜਾਣੀ ਹੈ। ਸੋ ਬਾਕੀ ਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਜਾਵਾਂਗੇ। ਅੱਜ ਦਾ ਪ੍ਰੋਗਰਾਮ ਹੈਗਾ ਜੀ ਸਾਡਾ ਚੈਪਲ ਟਾਊਨ ਗੁਰਦੁਆਰਾ ਸਾਹਿਬ ਲੀਡਸ ਵਿੱਚ ਹੀ ਹੈ ਅਤੇ ਹੌਲੀ ਹੌਲੀ ਤੁਹਾਨੂੰ ਅਪਡੇਟਾਂ ਦਿੰਦੇ ਹਾਂ ਸਾਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਗਲੈਂਡ ਦੇ ਵਿੱਚ ਵੀ ਗਟਰਾਂ ਦੇ ਢੱਕਣ ਚੱਕੇ ਜਾ ਸਕਦੇ ਨੇ, ਦੇਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਹਾਂ ਜੀ ਯੋਰਕ ਸਿਟੀ ਦੇ ਵਿੱਚ। ਸਪੈਲਿੰਗ ਕੀ ਹੈ? Y-O-R-K ਯੋਰਕ ਸਿਟੀ। ਇਹ ਬੜੀ ਪੁਰਾਣੀ ਸਿਟੀ ਹੈ ਜੀ, ਇਹ ਦੇਖਣ ਵਾਲੀ ਹੈ, ਇੱਥੇ ਬਹੁਤ ਟੂਰਿਜ਼ਮ ਆਉਂਦਾ ਅਤੇ ਹਾਂ, ਅਤੇ ਅਸੀਂ ਇਹ ਦੇਖਣ ਆਏ ਹਾਂ ਜੀ ਅਤੇ ਤੁਹਾਨੂੰ ਵੀ ਨਾਲ ਦਿਖਾਉਂਦੇ ਹਾਂ ਅੱਜ ਯੋਰਕ ਸਿਟੀ ਇੰਗਲੈਂਡ ਦੀ। ਬਹੁਤ ਸੋਹਣਾ ਸ਼ਹਿਰ ਹੈ, ਦੇਖਦੇ ਜਾਓ ਤੁਸੀਂ ਨਾਲ ਸਾਡੇ। ਧੰਨਵਾਦ। Welcome to your minister. Theatre. That's £11. And if you want to go to the tower, that's £16. Thank you.
ਹਾਂ ਆ ਟ੍ਰੇਨ ਦਿਖਾਓ ਇਹਨਾਂ ਨੂੰ ਵਾਹ ਇਹ ਸੜਕ ਤੇ ਚੱਲਣ ਵਾਲੀ ਟ੍ਰੇਨ ਅੱਛਾ ਨਾ ਇਹ ਸਾਰਾ ਪੁਰਾਣਾ ਬਣਿਆ ਹੋਇਆ ਅਤੀ ਪੁਰਾਣਾ ਕੀ ਬਾਤ ਅਤੀ ਵਿਲੰਬਤ 1200 ਸਾਲ 1300 ਸਾਲ ਕਹਿੰਦੇ ਪੁਰਾਣਾ ਹੈ ਹਾਂ ਲਓ ਜੀ ਇੰਗਲੈਂਡ ਦੇ ਵਿੱਚ ਵੀ ਸਾਡੀ ਇੰਡੀਆ ਦੀ ਗੱਚਕਾਂ ਪਈਆਂ ਹੋਈਆਂ ਅਸੀਂ ਤਾਂ ਆਪਣੀ ਗਹਿਣੀ ਗੱਚਕ ਸਹੀ ਗੱਲ ਸਾਡੀ ਘਾਟ ਹੈ ਇੱਥੇ ਭਾਵੇਂ ਪੀਨਟ ਕੀ ਕਹਿੰਦੇ ਬ੍ਰਿਟਲ ਇਹ ਆਪਣੀ ਚੀਜ਼ ਬਣਾਉਣ ਨੂੰ ਕਰਦੇ ਬ੍ਰਿਟਿਸ਼ ਸਾਡੀ ਇੰਡੀਅਨ ਚੀਜ਼ ਹੈ ਇਹਨਾਂ ਦਾ ਇਹਨਾਂ ਦੀ ਤਸਵੀਰ ਬਣਾ ਰਿਹਾ ਬਿਲਕੁਲ ਲਾਈਵ ਚੱਲ ਰਿਹਾ ਵਧੀਆ ਬਣਾ ਰਿਹਾ ਨਾ ਬਸ ਸਾਹਮਣੇ ਬਿਠਾ ਕੇ ਬਣਾ ਦਿੰਦਾ ਉਹਨੂੰ ਨਹੀਂ ਥੋੜ੍ਹਾ ਜਿਹਾ ਨਾ ਐਕਚੁਲੀ ਥੋੜ੍ਹਾ ਜਿਹਾ ਕਾਰਟੂਨ ਟਾਈਪ ਦਾ ਬਣਾ ਰਿਹਾ ਹਾਂ ਓਰੀਜਨਲ ਫੇਸ ਬਣਾ ਰਿਹਾ ਓਰੀਜਨਲ ਫੇਸ ਨੂੰ ਕਾਰਟੂਨ ਟਾਈਪ ਦਾ ਬਣਾ ਰਿਹਾ ਕਿਆ ਬਾਤ ਉਹ ਦੇਖੋ ਕੈਬ ਬਣਾਤੀ ਸਮਿਥ ਦਾ ਦੇਖੋ ਉਹਨੇ ਬਣਾਇਆ ਕਾਰਟੂਨ ਫਨੀ ਉੱਦਾਂ ਹੀ ਬਣਾ ਰਿਹਾ ਐਂਜਲੀਨਾ ਵਿਲ ਸਮਿਥ ਰੈਂਬੋ ਇਹ ਹੈਗਾ ਕਿ ਬੂਟਾਂ ਨੂੰ ਠੰਡ ਨਾ ਲੱਗ ਜਾਏ ਇਸ ਕਰਕੇ ਇਹਨਾਂ ਨੇ ਬੂਟਾਂ ਦੀ ਜੈਕਟ ਵੀ ਬਣਾਈ ਹੈ ਨਾਲ ਅਸੀਂ ਹੋਪ ਕਰਦੇ ਹਾਂ ਤੁਹਾਨੂੰ ਆਨੰਦ ਆ ਰਿਹਾ ਹੋਏਗਾ ਅਤੇ ਜੇ ਆਨੰਦ ਆ ਰਿਹਾ ਤਾਂ ਤੁਸੀਂ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਬੈਲ ਆਈਕਨ ਸਬਸਕ੍ਰਾਈਬ ਜੋ ਜਿੰਨੇ ਬਟਨ ਲੱਗੇ ਸਾਰੇ ਉੱਥੇ ਦੱਬ ਦਿਓ ਅੱਜ ਖੁਸ਼ ਹੋ ਗਏ ਬਸ ਸੋ ਤੁਹਾਨੂੰ ਅਸੀਂ ਇੱਦਾਂ ਹੀ ਦਿਖਾਉਂਦੇ ਜਾਂਦੇ ਹਾਂ ਯੋਰਕ ਸਿਟੀ ਸਟੇ ਟਿਊਨਡ ਆਪਾਂ ਹੁਣ ਤੁਹਾਨੂੰ ਕੰਟੀਨਿਊ ਕਰਦੇ ਹਾਂ ਜੇ ਅੱਗੇ ਆ ਭੁੱਖਾ ਲੰਘਾ ਪਰ ਦੇਖੋ ਇਹਦੀ ਦੁਕਾਨ ਵਲੌਗ ਦੇ ਅੱਗੇ ਆਈ ਜਾਂਦਾ ਕਹਿੰਦਾ ਮੇਰਾ ਵਲੌਗ ਬਣਾਓ ਇਹ ਜੀ ਜੋ ਤੁਸੀਂ ਵੇਖ ਰਹੇ ਹੋ ਇਹ ਕੇਕ ਨਹੀਂ ਹੈ ਇਹ ਕੁਕੀਜ਼ ਹੈ ਸਾਰੀ ਕੁਕੀਜ਼ ਹੈ ਬਿਸਕਿਟ ਇੱਕੋ ਹੀ ਬਿਸਕੁਟ ਬਣਾਇਆ ਜੀ ਇਹਨਾਂ ਨੂੰ ਫਲ ਸ਼ੌਪ ਹੈ ਬਹੁਤ ਹੀ ਸਵਾਦ ਇੱਥੇ ਫਲ ਮਿਲਦਾ ਫਲ ਕਹਿ ਸਕਦੇ ਤੁਸੀਂ ਇਹਨਾਂ ਦਾ ਗੋੜੀ ਹੈ ਆਹ ਹੁੰਦਾ ਫਲ ਬਹੁਤ ਹੀ ਸਵਾਦ ਇਹ ਜਿੱਦਾਂ ਆਪਾਂ ਖਾਂਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਟੌਫੀਆਂ ਦੇਸੀ ਘਿਓ ਵਾਲੀ ਉਹ ਹੈ ਇਹ ਬਸ ਦੇਸੀ ਘਿਓ ਵਾਲੀ ਟੌਫੀ ਹੈ ਇਹ ਫੱਜ ਕਹਿੰਦੇ ਆ ਮਤਲਬ ਦੇਖਿਆ ਤੁਹਾਨੂੰ ਸਮੈਲ ਆ ਰਹੀ ਹੋਣੀ ਹੈ ਸਮੈਲ ਇਹ ਇੱਥੇ ਕਾਫੀ ਫਲੇਵਰ ਹੈ ਜੀ ਫੱਜ ਦੇ ਵਨੀਲਾ ਫਲੇਵਰ ਕਰੀਮ ਚਾਕਲੇਟ ਬਟਰਸਕਾਚ ਇਹ ਫੱਜ ਫੱਜ ਦੇ ਗੁੜ ਹਾਂ ਇੱਦਾਂ ਬਣਦਾ ਜੀ ਲੱਗਦੀ ਸੀ ਪੁਰਾਣੇ ਸਮੇਂ ਜੀ ਜਿਹੜੇ ਘੋੜੇ ਅੱਗੇ ਬੰਨ ਕੇ ਬੱਗੀ ਜਿਹੜੀ ਹੁੰਦੀ ਸੀ ਨਾ ਉਹ ਇੱਥੋਂ ਲੱਗਦੀ ਸੀ ਤਾਂ ਕਰਕੇ ਆਲੇ ਦੁਆਲੇ ਇੱਥੇ ਸਾਫ਼ ਰੱਖਿਆ ਹੋਇਆ ਤਾਂ ਜੋ ਇੱਥੋਂ ਬੱਗੀ ਲੰਘ ਸਕੇ ਅਤੇ ਈਜ਼ੀ ਪੈਦਲ ਸਟਾਫ ਰੱਖਿਆ ਹੋਇਆ ਇਹਨਾਂ ਨੇ ਕਿਆ ਬਾਤ ਹੈ ਮਤਲਬ ਕਿੰਨਾ ਲੌਜਿਕ ਆ ਦੇਖੋ ਘੋੜਾ ਇੱਥੇ ਚੱਲਦਾ ਸੀਗਾ ਉਹਦੇ ਗ੍ਰਿਪ ਬਣੀ ਰਹਿੰਦੀ ਸੀ ਉਹ ਪਲੇਨ 'ਤੇ ਨਹੀਂ ਚੱਲ ਸਕਦਾ ਸੀ ਹਾਂ ਗ੍ਰਿਪ ਬਣੀ ਰਹਿੰਦੀ ਸੀ ਸੋ ਆਲੇ ਦੁਆਲੇ ਚੱਕੇ ਹੁੰਦੇ ਸੀਗੇ ਕਿੱਡੀ ਕੰਮ ਦੀ ਗੱਲ ਦੱਸੀ ਤੁਹਾਨੂੰ
ਸਾਹਮਣੇ ਕੋਸਟਾ ਵੀ ਹੈ ਹੈ ਵੈਸੇ ਕੁਛ ਤਾਂ ਕੁਛ ਤਾਂ ਹੈ ਕੋਈ ਬਹੁਤ ਉੱਚੀ ਜਿਹੀ ਚੀਜ਼ ਹੈ ਸਾਨੂੰ ਪਤਾ ਨਹੀਂ ਹੈ ਪਰ ਮੈਨੂੰ ਏਦਾਂ ਲੱਗਦਾ ਵੀ ਇਹ ਕਿਨਾਰੇ ਦੀ ਹੈ ਟੁੱਟਣ ਦੇ ਹਾਂਜੀ ਇਹ ਹੈਗਾ ਕਲਿਫੋਰਡ ਟਾਵਰ ਠੀਕ ਹੈ ਕਲਿਫੋਰਡ ਟਾਵਰ The castle. The castle. Central stronghold with king's eye views over York. So basically a view we have a wali gall hai. We itthon di sare York city da view janda hai. Ha. Par kafi kacche halaat de vich hai. Us nu madde nazar rakhde hoye main shayad na jaawa. Khasta halat. Halat ki load ki hai. ਨਵੀਆਂ ਨਵੀਆਂ ਦੇਖਣੀ ਚਾਹੀਦੀਆਂ ਬਿਲਡਿੰਗਾਂ ਪੁਰਾਣੀਆਂ ਤੇ ਭਰੋਸਾ ਨਹੀਂ ਦੇਖੋ ਜੀ ਇਹ ਕਿੰਨੀ ਖੂਬਸੂਰਤ ਤੇ ਪੁਰਾਣੀ ਗਲੀ ਇੱਧਰ ਵੀ ਵਲੋਗਿੰਗ ਹੋ ਰਹੀ ਹੈ ਅਲਾਪ ਲੱਗ ਰਿਹਾ ਮਹਾਰਾਜ ਤਾਨ ਤਾਨ ਪਰ ਤਾਨ ਬੀਸਰੀ ਹੈ ਹਾਂ ਬੋਲੋ ਥੋੜ੍ਹੀ ਥੋੜ੍ਹੀ ਬਾਰਿਸ਼ ਹੋਣੀ ਸ਼ੁਰੂ ਹੋ ਗਈ ਹੈ ਸ਼ਬਦ ਆਇਆ ਦਿਮਾਗ ਦੇ ਵਿੱਚ ਮੇਘ ਵਰਸੈ ਸਭਨੀ ਥਾਈ ਮੇਘ ਵਰਸੈ ਸਭਨੀ ਥਾਈ ਪਏ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਕਹਿੰਦਾ ਲੱਤਾਂ ਦੇ ਥੱਲੋਂ ਲੰਘਾਉਣਾ ਹੁਣ ਲੋ ਜੀ ਬੰਦਾ ਲੱਗਦਾ ਰੰਗ ਵਿੱਚ ਗੋਤਾ ਮਾਰ ਕੇ ਆਇਆ ਨਹੀਂ ਇਹ ਗੱਡੀ ਜਿਹੜੀ ਹੈ ਸਿੱਧੀ ਜਨਮ ਨੂੰ ਲੈ ਕੇ ਜਾਂਦੀ ਨਰਕਾਂ ਨੂੰ ਆਪਾਂ ਨਹੀਂ ਜਾਣਾ ਅੱਜ ਸਾਡੇ ਬੜੇ ਪਿਆਰ ਵਾਲੇ ਨਾ ਕੁਲਵਿੰਦਰ ਭੈਣ ਜੀ ਉਹਨਾਂ ਦੇ ਬੱਚੇ ਸੁਨੀਤਾ ਐਂਡ ਹਿੰਮਤ ਸਿੰਘ ਮੇਰੇ ਹੱਥ ਨਾਲ ਗਿਫਟ ਲੈ ਕੇ ਆਏ ਨੇ ਗਿਫਟ ਦੇਖੋ ਕੀ ਲੈ ਕੇ ਆਏ ਇਹ ਸਵੀਟਸ ਹੈ ਆਈ ਥਿੰਕ ਦੁਬਈ ਵਾਲੀ ਅਰਬ ਕੰਟਰੀ ਵਗੈਰਾ ਦੇ ਹੈ ਸੋਫਰਾ ਕੀ ਹੈ ਬਕਲਾਵਾ ਬਕਲਾਵਾ ਓਕੇ ਦੇਖੋ ਬਕਲਾਵਾ
ਇਹ ਬਹੁਤ ਸਵਾਦ ਮਿਠਾਈ ਹੈ। ਮੈਂ ਬਹੁਤ ਟਾਈਮ ਪਹਿਲਾਂ ਇੱਕ ਵਾਰ ਦੁਬਈ ਗਿਆ ਸੀ ਉਦੋਂ ਖਾਧੀ ਸੀ। ਐਂਡ ਖਜੂਰਾਂ, ਸਾਡੀ ਪੰਜਾਬੀ ਜਿਹਨੂੰ ਖਜੂਰ ਹੀ ਕਹਿੰਦੇ ਆ, ਬਾਕੀ ਆਪਾਂ ਨੂੰ ਨਹੀਂ ਪਤਾ ਹੋਰ ਕੀ ਕਹਿੰਦੇ ਹੈਗੇ ਆ। ਅਤੇ ਯਾ ਡੇਟਸ, ਬਹੁਤ ਬਹੁਤ ਧੰਨਵਾਦ। ਸੁਨੀਤਾ, ਸੁਨੀਤਾ ਕਿੱਥੇ ਗਈ? ਸੁਨੀਤਾ, ਸੁਨੀਤਾ ਥੈਂਕ ਯੂ ਸੋ ਮੱਚ ਫੋਰ ਦਿਸ ਪ੍ਰੈਸ਼ੀਅਸ ਗਿਫਟ, ਥੈਂਕ ਯੂ, ਬਹੁਤ ਪਸੰਦ ਆਇਆ ਮੈਨੂੰ। ਤੁਸੀਂ ਸਾਰੇ ਬਲੌਗ ਦੇ ਵਿੱਚ ਆ ਗਏ ਹੋ। Oh.